ਆਪਾਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਪ੍ਰੋਗਰਾਮ ਲਿਖਿਆ ਹੈ, ਮੇਰਾ ਖਿਆਲ ਹੈ ਤੁਸੀਂ ਪੂਰੀ ਸਾਰੀ ਦੀ ਸਾਰੀ ਪ੍ਰੈਸ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ 13 ਫਰਵਰੀ ਨੂੰ ਜੋ ਦਿੱਲੀ ਲਈ ਪੂਰੇ ਭਾਰਤ ਦੇ ਵਿੱਚੋਂ ਵੱਖ ਵੱਖ ਏਰੀਆ ਦੇ ਵਿੱਚੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ, ਉਹਦੀ ਤਿਆਰੀ ਵਾਸਤੇ ਅੱਜ ਕੱਲ੍ਹ ਤੋਂ ਲੈ ਕੇ ਦੋਨਾਂ ਫੋਰਮਾਂ ਦੀਆਂ ਅਲੱਗ ਅਲੱਗ ਮੀਟਿੰਗਾਂ ਹੋ ਰਹੀਆਂ ਸੀ। ਇਹ ਦੋਨੋਂ ਫੋਰਮ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਕੱਲ੍ਹ ਨਵਾਂ ਮਤਲਬ ਤਿਆਰ ਕੀਤਾ ਗਿਆ 18 ਉੱਤਰੀ ਭਾਰਤ ਦੀਆਂ ਜਥੇਬੰਦੀਆਂ ਵੱਲੋਂ ਮਿਲ ਕੇ, ਇਹ ਦੋਨੋਂ ਫੋਰਮਾਂ ਵੱਲੋਂ ਇਹ ਜਿਹੜੀ ਲੜਾਈ ਲੜਨ ਦਾ ਪ੍ਰੋਗਰਾਮ ਬਣਿਆ ਹੈ। ਜ਼ਰੂਰਤ ਇਸ ਗੱਲ ਨੂੰ ਸਮਝਣ ਦੀ ਹੈ ਕਿ ਜਿਹੜੀ ਹਕੀਕਤ ਲੜਾਈ ਹੈ ਇਹਨੂੰ ਭਾਵੇਂ ਆਪਾਂ ਮੰਗਾਂ ਦੇ ਵਿੱਚ ਵੰਡ ਲਈਏ, ਲੇਕਿਨ ਸੱਚਾਈ ਇਹ ਆ ਕਿ ਇਹ ਇੱਕ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਲੜਨ ਜਾ ਰਹੀਆਂ ਨੇ ਸਾਰੀਆਂ ਜਥੇਬੰਦੀਆਂ, ਔਰ ਇਹ ਪੂਰੇ ਭਾਰਤ ਦੀਆਂ ਲਗਭਗ 200 ਤੋਂ ਉੱਪਰ ਕਿਸਾਨ ਔਰਗੇਨਾਈਜੇਸ਼ਨਾਂ ਇਹਦੇ ਵਿੱਚ ਪਾਰਟੀਸਪੇਟ ਕਰ ਰਹੀਆਂ ਨੇ। ਅਸੀਂ ਜਿਹੜੀ ਲੜਾਈ ਲੜ ਰਹੇ ਹਾਂ, ਜਿਹੜੀ ਮੈਂ ਕਿਹਾ ਕਿ ਕਾਰਪੋਰੇਟ ਦੇ ਖਿਲਾਫ ਲੜਾਈ ਹੈ ਇਹ, ਕਿ ਦੇਖੋ MSP ਦੀ ਜੋ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਅੰਦੋਲਨ ਦੇ ਦੌਰਾਨ ਕਿ ਅਸੀਂ MSP ਦੀ ਗਰੰਟੀ ਦਾ ਕਾਨੂੰਨ ਦੇਵਾਂਗੇ, ਲੇਕਿਨ ਸਰਕਾਰ ਉਹਦੇ ਤੋਂ ਕਾਣਾਕਾਣੀ ਕਰ ਰਹੀ। ਕਿਉਂ ਕਰ ਰਹੀ ਹੈ? ਕਿਉਂਕਿ ਕਾਰਪੋਰੇਟ ਦੇ ਪ੍ਰੈਸ਼ਰ ਦੇ ਥੱਲੇ। ਸਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ, ਅਗਰ ਸਾਨੂੰ MSP ਮਿਲਣੀ ਆ ਤਾਂ ਕਾਰਪੋਰੇਟ ਨੂੰ, WTO ਨੂੰ ਪਿੱਛੇ ਧੱਕਣਾ ਪੈਣਾ। ਉਹਨੂੰ ਜਿੰਨਾ ਚਿਰ ਪਿੱਛੇ ਨਹੀਂ ਧੱਕਦੇ, ਉਨੀ ਦੇਰ ਤੱਕ ਸਾਡੇ ਲੋਕਾਂ ਨੂੰ ਸੁੱਖ ਦਾ ਸਾਹ, ਪੂਰੇ ਦੇਸ਼ ਲਈ ਇਹ ਮਤਲਬ ਬੜੇ ਘਾਤਕ ਫੈਸਲੇ ਸਰਕਾਰਾਂ ਕਾਰਪੋਰੇਟ ਦੇ ਦਬਾਅ ਥੱਲੇ ਲੈ ਰਹੀਆਂ ਨੇ। ਜਿਹੜੀ ਗੱਲ ਆਪਾਂ ਵੱਡੀ ਲੜਾਈ ਹੈ, ਜਿਹੜੀ ਮੰਗ ਆ, ਜਿਹੜੀ ਅੱਜ ਦੇਖੋ ਕਿੱਡਾ ਵੱਡਾ ਸੰਤਾਪ ਭੋਗ ਰਿਹਾ ਦੇਸ਼ ਦਾ ਕਿਸਾਨ ਅਤੇ ਮਜ਼ਦੂਰ, ਦੋਨੋਂ ਹੀ ਧਿਰਾਂ ਸੁਸਾਈਡ ਕਰ ਰਹੀਆਂ। ਕਰਜ਼ਾ ਉਹਨਾਂ ਨੂੰ ਨਿਕਲ ਰਿਹਾ, ਲੇਕਿਨ ਸਰਕਾਰਾਂ ਉਹਦੇ 'ਤੇ ਧਿਆਨ ਦੇਣ ਦੀ ਬਜਾਏ, ਪਿਛਲੀ ਇੱਕ ਸਟੱਡੀ ਨੇ ਦੱਸਿਆ ਕਿ ਲਗਭਗ 14 ਲੱਖ ਕਰੋੜ ਰੁਪਈਆ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭਾਅ ਨਾ ਦੇ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਉਹਨਾਂ ਦਾ ਲੁੱਟਿਆ ਇੱਕ ਸਾਲ 'ਚ, ਅਤੇ ਦੂਸਰੇ ਪਾਸੇ ਕਾਰਪੋਰੇਟਾਂ ਦਾ ਪਿਛਲੀਆਂ ਇਹ ਸਰਕਾਰ ਨੇ ਆਪਣੀ ਟਰਮ ਦੇ ਵਿੱਚ ਲਗਭਗ 14.5 ਲੱਖ ਕਰੋੜ ਰੁਪਈਆ ਮਾਫ਼ ਕੀਤਾ। ਜਿਹੜਾ ਸੁਸਾਈਡ ਕਰ ਰਿਹਾ, ਜਿਹੜਾ ਮਰ ਰਿਹਾ, ਉਹਦੀ ਸੁਣਵਾਈ ਨਹੀਂ ਹੋ ਰਹੀ, ਔਰ ਦੂਸਰੇ ਪਾਸੇ ਕਾਰਪੋਰੇਟ ਜਿਹੜੇ ਜਿਨ੍ਹਾਂ ਦੇ ਘਰ ਭਰੇ ਜਾ ਰਹੇ ਨੇ ਉਹਨਾਂ ਦੇ ਕਰਜ਼ੇ ਨੂੰ NPA ਕੀਤਾ ਜਾ ਰਿਹਾ। ਔਰ ਇਹ ਇੱਕ ਵੱਡੀ ਲੜਾਈ ਹੈ, ਇਹ ਸਾਡੇ ਆਮ ਲੋਕਾਂ ਨੂੰ ਜਿਹੜੇ ਘੇਰੇ ਦੇ ਵਿੱਚ ਫਸ ਕੇ ਵਿਚਾਰੇ ਅੱਜ ਦਲਦਲ ਦੇ ਵਿੱਚ ਫਸੇ, ਖੁਦਕੁਸ਼ੀਆਂ ਕਰ ਰਹੇ ਨੇ, ਮਰ ਰਹੇ ਨੇ, ਉਹਨਾਂ ਨੂੰ ਬਚਾਉਣ ਦੀ ਲੜਾਈ ਹੈ, ਔਰ ਉਹਦੀ ਤਿਆਰੀ ਪੂਰੇ ਭਾਰਤ ਦੇ ਵਿੱਚੋਂ ਪੂਰੀ ਮਜ਼ਬੂਤੀ ਨਾਲ ਹੋ ਰਹੀ ਹੈ। ਤੁਸੀਂ ਦੇਖਿਆ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਪੰਚਾਇਤਾਂ ਹੋ ਗਈਆਂ, ਟਰੈਕਟਰ ਮਾਰਚ ਚੱਲ ਰਿਹਾ। ਇਕੱਲਾ ਹੁਣ ਪੰਜਾਬ ਨਹੀਂ, ਸਾਡੇ ਨਾਲ ਸਾਡਾ ਹਰਿਆਣਾ ਪੂਰੇ ਜ਼ੋਰ ਸ਼ੋਰ ਦੇ ਨਾਲ ਇਹਦੇ ਵਿੱਚ ਪਾਰਟੀਸਪੇਟ ਕਰ ਰਿਹਾ ਹੈ। ਆਪਾਂ ਦੇਖਿਆ ਅੰਬਾਲਾ ਏਰੀਏ ਦੇ ਵਿੱਚ ਲਗਾਤਾਰ ਕਿਹੜੇ ਕਿਹੜੇ ਟਰੈਕਟਰ ਮਾਰਚ ਹੋ ਗਏ। ਇੱਧਰਲੇ ਪਾਸੋਂ ਫਤਿਹਾਬਾਦ ਦੇ ਵਿੱਚ ਲਗਭਗ 3,500 ਟਰੈਕਟਰਾਂ ਦੇ ਨਾਲ ਟਰੈਕਟਰ ਮਾਰਚ ਹੋਇਆ। ਥੋੜ੍ਹੇ ਦਿਨ ਪਹਿਲਾਂ ਨਾਰਨੌਦ ਦੇ ਵਿੱਚ ਇੱਕ ਵੱਡੀ ਕਿਸਾਨ ਪੰਚਾਇਤ ਹੋਈ। ਤੋ ਇਹਦਾ ਮਤਲਬ ਕਿ ਸਾਡੇ ਨਾਲ ਅੱਜ ਹਰਿਆਣਾ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਹਰਿਆਣਾ ਸਾਡੇ ਨਾਲ ਮਤਲਬ ਪਾਰਟੀਸਪੇਟ ਕਰ ਰਿਹਾ। ਪਿਛਲੇ ਦਿਨਾਂ ਦੇ ਵਿੱਚ ਕਰਨਾਟਕਾ, ਕੇਰਲਾ, ਤਾਮਿਲਨਾਡੂ ਦੇ ਵਿੱਚ ਇਹ ਵੱਡੀਆਂ ਵੱਡੀਆਂ ਪੰਚਾਇਤਾਂ ਹੋਈਆਂ।
ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਪੂਰਾ ਦੇਸ਼ ਇਸ ਲੜਾਈ ਨੂੰ ਲੜਨ ਵਾਸਤੇ ਕਾਰਪੋਰੇਟ ਦੇ ਖਿਲਾਫ ਇਸ ਲੜਾਈ ਨੂੰ ਲੜਨ ਲਈ ਮੈਦਾਨ 'ਚ ਹੈ ਔਰ ਅਸੀਂ 13 ਨੂੰ ਪੂਰੇ ਜ਼ੋਰ ਸ਼ੋਰ ਨਾਲ ਪੂਰੀ ਤਾਕਤ ਦੇ ਨਾਲ ਜਾਵਾਂਗੇ। ਅਸੀਂ ਮੱਥਿਆ ਕਿ ਸਾਡੀਆਂ ਜਿਹੜਾ ਇੱਥੋਂ ਜਾਣਾ ਅਸੀਂ 3 ਪੁਆਇੰਟ ਮੰਨ ਲਓ ਸ਼ੰਭੂ ਬਾਰਡਰ, ਖਨੌਰੀ ਬਾਰਡਰ ਔਰ ਅਗਲੇ ਪਾਸੇ ਫਤਿਹਾਬਾਦ ਡੱਬਵਾਲੀ ਬਾਰਡਰ, ਇਹਨਾਂ ਬਾਰਡਰਾਂ ਤੋਂ ਅਸੀਂ ਇੰਟਰੀ ਕਰਾਂਗੇ ਹਰਿਆਣੇ ਦੇ ਵਿੱਚ ਨੂੰ ਔਰ ਪੂਰੀ ਮਜ਼ਬੂਤੀ ਨਾਲ ਅਸੀਂ ਉਹਦੀ ਤਿਆਰੀ ਕਰਾਂਗੇ। ਹਾਂ, 3 ਪੁਆਇੰਟ ਸ਼ੰਭੂ ਬਾਰਡਰ, ਖਨੌਰੀ ਬਾਰਡਰ ਅਤੇ ਡੱਬਵਾਲੀ ਬਾਰਡਰ, ਇਹਨਾਂ 3 ਬਾਰਡਰਾਂ ਤੋਂ ਅਸੀਂ ਇੱਧਰੋਂ ਪੰਜਾਬ ਅਤੇ ਸਾਡੀ ਰਾਜਸਥਾਨ ਦੀ ਜਿਹੜੀ ਸੰਗਤਾਂ ਨੇ ਆਉਣਾ ਉਹ ਇਹਨਾਂ ਪੁਆਇੰਟਾਂ ਤੋਂ ਅਸੀਂ ਇੰਟਰੀ ਕਰਾਂਗੇ।